ਬੇਲੀ ਅੱਜ ਆਪਾਂ ਤੁਹਾਡੇ ਲਈ ਬੜੇ ਟੌਪ ਦੇ ਦੋ ਸਟਾਲੀਅਨ ਲੈ ਕੇ ਆਏ ਹਾਂ। ਇੱਕ ਦਾ ਨਾਂ ਅਕਬਰਾ ਅਤੇ ਇੱਕ ਦਾ ਨਾਂ ਸੁਲਤਾਨ। ਜੇ ਆਪਾਂ ਗੱਲ ਕਰੀਏ ਦੋਸਤੋ ਪਿੰਡ ਦੀ ਤਾਂ ਪਿੰਡ ਦਾ ਆਪਾਂ ਗੋਬਿੰਦਗੜ੍ਹ ਵਿੱਚ ਬੈਠੇ ਹਾਂ, ਹਬੋਰ ਦੇ ਬਿਲਕੁਲ ਨਾਲ, ਜ਼ਿਲ੍ਹਾ ਰਹਿ ਗਿਆ ਫਾਜ਼ਿਲਕਾ। ਅਤੇ ਮੇਰੇ ਨਾਲ ਬਾਈ ਅਦਾਬ ਸੇਖੂ ਹਾਂ ਅਤੇ ਅਦਾਬ ਸੇਖੂ ਦੇ ਦੋਸਤ ਬਾਈ ਕਮਲ ਅਤੇ ਇੱਧਰ ਬਾਈ ਖੁਸ਼। ਬਹੁਤ ਬਹੁਤ ਸਵਾਗਤ ਆ ਬਾਈ, ਸਵਾਗਤ ਆ ਬਾਈ ਸਾਰਿਆਂ ਦਾ। ਅਤੇ ਸਾਰਿਆਂ ਨਾਲੋਂ ਪਹਿਲਾਂ ਤਾਂ ਬਾਈ ਬਹੁਤ ਬਹੁਤ ਵਧਾਈਆਂ, ਬਹੁਤ ਸੋਹਣਾ ਘੋੜਾ ਤਿਆਰ ਹੋਇਆ। ਤੁਹਾਨੂੰ ਵੀ ਬਾਈ ਬਹੁਤ ਬਹੁਤ ਵਧਾਈਆਂ ਬਾਈ। ਤੇ ਆ ਤਾਂ ਬਾਈ ਆਪਣੇ ਕੋਲ ਜਿਵੇਂ ਸੁਲਤਾਨ ਤਾਂ ਪੁਰਾਣਾ ਪਹਿਲਾਂ ਦਾ, ਹਾਂਜੀ ਹਾਂ ਬਈ ਸੁਲਤਾਨ ਪੁਰਾਣਾ। ਤੇ ਅਕਬਰ ਹੁਣੇ ਲਿਆ ਕੇ ਤੇ ਉਹ ਬਈ ਫਾਦਰ ਸਾਹਿਬ ਲੈ ਕੇ ਆਏ ਸੀਗੇ, 8 ਮਹੀਨੇ ਪਹਿਲਾਂ ਲੈ ਕੇ ਆਏ ਸੀ। ਠੀਕ ਆ ਬਾਈ, 8 ਮਹੀਨੇ ਹੋਏ। ਹਾਂਜੀ ਹਾਂਜੀ 8 ਮਹੀਨੇ। ਤੇ ਇਹਦੀ ਬਾਈ ਅਕਬਰ ਦੀ ਹੁਣ ਪ੍ਰੋਪਰ ਅੱਜ ਦੇ ਏਜ ਕਿੰਨੀ ਹੋ ਗਈ? ਇਹਦੀ ਬਾਈ 38 ਮਹੀਨੇ ਹੋ ਗਏ, 38 ਮੰਥਸ ਦਾ ਹੋ ਗਿਆ ਇਹ। ਠੀਕ ਆ ਬਾਈ, 38 ਮਹੀਨੇ ਦਾ ਹੋ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਛੱਡਿਆ ਬਾਈ ਕੁਝ ਕੁੜੀਆਂ ਤੇ? ਬਈ ਉਵੇਂ ਤਾਂ ਨਹੀਂ, ਆਪਾਂ ਸਟੱਡ ਸਰਵਿਸ ਵਾਸਤੇ ਨਹੀਂ ਕੀਤਾ, ਪਰ ਜਿਵੇਂ ਕੋਈ ਆਪਦਾ ਕੋਈ ਫਰੈਂਡ ਹੋ ਗਿਆ ਜਾਂ ਕੋਈ ਪਿੰਡ ਚੋਂ ਕੋਈ ਕੋਈ 10-15 ਘੋੜੀਆਂ ਤੇ ਬਸ ਗਿਣਵੇਂ ਚੁਣਵੇਂ ਘੋੜੀਆਂ ਚੁਣੀਆਂ। ਹਾਂਜੀ। ਤੇ ਫਿਲਹਾਲ ਹੁਣ ਸਰਵਿਸ ਆਪਣੀ ਵੀਡੀਓ ਦੇ ਥਰੂ ਹੀ ਓਪਨ ਕਰ? ਹਾਂਜੀ ਹਾਂ, ਤੁਹਾਡੀ ਵੀਡੀਓ ਦੇ ਥਰੂ ਆਪਾਂ ਓਪਨ ਕੀਤੀ ਹੈ। ਠੀਕ ਹੈ ਬਾਈ। ਤੇ ਬਾਈ ਅਦਬ ਦੀ ਬਲੱਡ ਲਾਈਨ ਕਿਹੜੀ ਹੈਗੀ, ਖਾਨਦਾਨ ਕਿਹੜਾ? ਇਹ ਬਈ ਰਾਜਵੀਰ ਵਾਲੇ ਘੋੜੇ ਦਾ ਬੱਚਾ, ਸੁਲਤਾਨ ਦਾ, ਭਾਗਸਰ ਤੋਂ, ਭਾਗਸਰ ਵਾਲੇ ਘੋੜੇ ਦਾ। ਠੀਕ ਹੈ ਬਾਈ, ਸੁਲਤਾਨ ਦਾ, ਪਾਕਿਸਤਾਨ ਵਾਲੇ ਸੁਲਤਾਨ ਘੋੜੇ ਦਾ। ਆਪਣੇ ਦੋਸਤ ਵੀ ਗੈਸ ਕਰ ਹੀ ਲੈਣਗੇ ਕਿਉਂਕਿ ਬਈ ਸਾਰੇ ਜਾਣੀ ਜਾਣ। ਹਾਂਜੀ ਹਾਂ, ਸਾਰੇ ਦੇਖ ਲਈ। ਪਿੱਟਪੂੜੇ ਦਾ ਚੱਕਮਾ ਬਈ, ਲੈਂਥ ਵੀ ਬਹੁਤ ਜ਼ਿਆਦਾ ਆ, ਗਰਦਨ ਵੀ ਬਹੁਤ ਹੈ, ਗਰਦਨ ਬਹੁਤ ਲੰਮੀ ਆ ਬਈ, ਮਜ਼ਬੂਤੀ ਬਹੁਤ ਹੈ ਘੋੜੇ, ਸੁੰਬ ਸੰਬ ਬਹੁਤ ਵਧੀਆ, ਸੁੰਬ ਸੰਬ ਬਹੁਤ ਚੰਗੇ ਆ, ਮਜ਼ਬੂਤੀ ਕਰਨੀ ਉਹ ਵੀ ਬਈ। ਬਿਲਕੁਲ ਬਿਲਕੁਲ। ਤੇ ਵੱਡੇ ਭਾਈ ਹਾਈਟ ਕਿੰਨੀ ਲੈ ਗਿਆ? ਹਾਈਟ ਜਦੋਂ ਆਪਾਂ ਲੈ ਕੇ ਆਂਦਾ ਸੀ ਉਦੋਂ ਸੀਗੀ ਇਹਦੀ ਹਾਈਟ 64 ਇੰਚ ਸੀਗੀ। ਠੀਕ ਆ ਬਾਈ। ਤੇ ਆਪਣੇ ਕੋਲੇ ਆ ਕੇ ਹੁਣ 67 ਦਾ ਹੋ ਗਿਆ, 67 ਪਲੱਸ। ਠੀਕ ਆ ਬਾਈ, ਆਪਣੇ ਕੋਲੇ ਆ ਕੇ 3 ਇੰਚ ਵਧ ਗਿਆ, 3 ਇੰਚ ਵਧ ਗਿਆ, ਪਾਵਾਂ ਫੀਤਾ ਮਾਰ ਕੇ ਵੇਖ ਲਓ ਆ ਕੇ ਜਿਹਨੇ। ਠੀਕ ਆ ਬਾਈ। ਹਾਂ, ਕੋਈ ਵੀ ਭਰਾ, ਮਤਲਬ ਉਹ ਤਾਂ ਕਿਉਂਕਿ ਹੁਣ ਦੇਖੋ ਬਾਈ ਆਪਾਂ ਨੂੰ ਪਤਾ ਲੱਗ ਹੀ ਜਾਂਦਾ, ਉਹਦਾ ਵੀਡੀਓ ਚ ਦੇਖਣਗੇ, ਜਦੋਂ ਆਪਾਂ ਦੇਖਦੇ ਹਾਂ ਉਦੋਂ ਹੀ ਪਤਾ ਲੱਗ ਜਾਂਦਾ, ਦੇਖ ਕੇ ਜਜਮੈਂਟ ਹੋ ਜਾਂਦੀ ਹੈ ਵੀ ਕਿੰਨੀ ਹਾਈਟ ਹੋਊਗੀ। ਕੋਈ ਹੋਰ ਜੀ ਗੱਲ ਨਹੀਂ, ਹਾਈਟ ਬਾਕੀ ਸਹੀ ਹੈਗੀ ਆ, ਜਦੋਂ ਮੇਲੇ ਵਾਲੀ ਗੱਲ ਨਹੀਂ ਹੈਗੀ। ਹਾਂ ਹਾਂ, ਜਦੋਂ ਮੇਲੇ ਦੇ ਮਾਘੀ ਮੇਲੇ ਚ ਲੈ ਕੇ ਗਏ ਸੀਗੇ ਹੁਣ ਜਨਵਰੀ ਚ। ਠੀਕ ਆ ਬਾਈ, ਉਦੋਂ 66 ਸੀਗਾ ਤੇ ਆ ਦੋਵਾਂ ਤਿੰਨ ਮਹੀਨਿਆਂ ਚ 1 ਇੰਚ ਹੋਰ ਕੱਦ ਵਧਾ ਗਿਆ, ਦੋਵਾਂ ਤਿੰਨ ਮਹੀਨਿਆਂ ਚ ਇੱਕ ਵਗੇ। ਬਾਕੀ ਬਈ ਇਹ ਤਾਂ ਤਿਆਰ ਹੋ ਹੀ ਜਾਣਾ, ਦਿਨੋਂ ਦਿਨ ਆਏ ਨਹੀਂ ਪਤਾ ਵੀ ਇਹਨੇ ਗਾਂ ਜਾ ਕੇ ਕੀ ਬਣ ਜਾਣਾ, ਹਨਾ, ਕੀ ਕੁਛ ਨਹੀਂ ਪਤਾ ਹੁੰਦਾ ਬਈ ਜਾਣ ਦਾ ਅਸਲ ਚ। ਤੇ ਹਲੇ ਤੱਕ ਬਈ ਫਿਰ 15 ਘੋੜੀਆਂ ਤੇ ਛੱਡਿਆ, ਰਿਜ਼ਲਟ ਵਗੈਰਾ ਤਾਂ ਆਇਆ ਨਹੀਂ ਹੁਣ? ਨਹੀਂ, ਰਿਜ਼ਲਟ ਹਜੇ ਨਹੀਂ ਆਇਆ। ਠੀਕ ਹੈ ਬਾਈ, ਕਿੰਨੇ ਟਾਈਮ ਤੱਕ ਆ ਜਾਊਗਾ? 2-4-5 ਘੋੜੀਆਂ ਦਾ ਆ ਜਾਊਗਾ, 2-3 ਮਹੀਨੇ ਦਾ ਰਿਜ਼ਲਟ, ਸਾਈਡ ਬਾਈ ਸਾਈਡ ਹੀ ਆਉਣਗੇ ਸਾਰੇ, ਸਾਈਡ ਬਾਈ ਸਾਈਡ ਇਕੱਠੇ ਡਿੱਗਣਗੇ, ਇਕੱਠੇ ਡਿੱਗਣਗੇ ਸਾਰੇ, ਬੱਚੇ ਤਾਂ ਵਧੀਆ ਹੀ ਆਉਣੇ ਆ। ਤੇ ਘੋੜੀਆਂ ਤੇ ਜ਼ਿਆਦਾਤਰ ਬਾਈ ਨੁਕਰੀਆਂ ਤੇ ਕਿ ਚੰਮੀਆਂ ਚੁੰਮੀਆਂ? ਚੰਮੀਆਂ ਚੁੰਮੀਆਂ ਤੇ ਵੀ, ਚੰਮੀਆਂ ਚੁੰਮੀਆਂ ਤੇ ਵੀ। ਹਾਂਜੀ ਹਾਂਜੀ, ਠੀਕ ਹੈ ਬਾਈ। ਤੇ ਬਾਕੀ ਬਾਈ ਇਹਦੇ 'ਚ ਵੀ ਸਖਤ ਸੁਨੱਖਾ ਬਣ, ਕੰਨਾ ਕੁੰਨਾ ਦਾ ਬਹੁਤ ਜ਼ਿਆਦਾ। ਹਾਂਜੀ ਹਾਂਜੀ, ਕੰਨਾ ਕੁੰਨਾ ਦਾ ਸੁਨੱਖਾ ਬਣ, ਬਾਕੀ ਬਾਈ ਐਕਟਿਵ ਬਹੁਤ ਆ, ਐਕਟਿਵ ਬਹੁਤ ਆ। ਹਾਂਜੀ, ਤੇ ਉਹ ਵੀ ਬਾਈ ਸਾਫ ਪਿਆ ਸਾਰਾ, ਪੌੜ ਵੀ ਕਿਤੇ ਮਾਮੂਲੀ ਜੇ ਮਾੜੇ ਮੋਟੇ ਦਿਖਣ, ਮਾੜੇ ਮੋਟੇ। ਹਾਂਜੀ, ਜ਼ਿਆਦਾ ਨੋਰਮਲ ਇੰਨੇ ਤਾਂ ਬਾਈ, ਇਹ ਤਾਂ ਇੱਕ ਤਰ੍ਹਾਂ ਦੀ ਬਾਈ ਨਿਸ਼ਾਨੀ ਆ। ਸੋਹਣੇ ਪੌਦੇ ਦੇ ਤਾਂ ਬਹੁਤ ਜ਼ਿਆਦਾ ਘੱਟ ਨੇ, ਹਲਕੇ ਨੇ, ਮਹਿਸੂਸ ਨਹੀਂ ਹੁੰਦੀ ਇਹ ਚੀਜ਼, ਤੇ ਇੱਕ ਤਰ੍ਹਾਂ ਦਾ ਨਾਮ ਮਾਤਰੀ ਆ, ਬਸ ਬੋਰਡਰਲੈਸ ਵੀ ਕਹਿ ਸਕਦੇ। ਹਾਂ ਹਾਂ। ਤੇ ਵੱਡੇ ਭਾਈ ਜੇ ਗੱਲ ਕਰੀਏ ਆਪਾਂ ਇਹਦੀ ਸਰਵਿਸ ਫੀਸ ਦੀ, ਇਹਦੀ ਬਈ ਫੀਸ ਹੈਗੀ 15,000। ਇਹਦੀ ਫੀਸ 15,000 ਰੁਪਏ? ਹਾਂਜੀ, ਅਕਬਰ ਦੀ 15,000 ਫੀਸ ਹੈ, ਅਕਬਰ ਦੀ 15,000। ਹਾਂਜੀ, ਹੁਣ ਪਿਆਰ ਨੇ ਨੂੰ ਗੋਪੀ ਕਹਿ ਦਿੰਦੇ ਆ ਸੀ ਘਰੇ। ਠੀਕ ਹੈ ਬਈ, ਪਿਆਰ ਦਾ ਨਾਂ ਇਹਦਾ ਗੋਪੀ ਆ। ਹਾਂਜੀ, ਪਿਆਰ ਨਾਲ ਗੋਪੀ ਕਹਿ ਦਿੰਦੇ ਆ, ਗੋਪੀ ਦਾ ਪਛਾਣਦਾ ਹੈ ਚੰਗੀ ਤਰ੍ਹਾਂ। ਤੇ ਅਕਬਰ ਵੀ ਬਈ ਰਾਜਾ ਵਾਲਾ ਨਾਂ ਹੀ ਰੱਖਤਾ, ਅਕਬਰ ਕਿਵੇਂ ਸੋਚ ਕੇ ਰੱਖਿਆ ਵੀ ਫਿਰ ਰਾਜਾ ਹੀ ਬਣਨਾ ਅੱਗੇ ਜਾ ਕੇ? ਨਾ, ਚੈਂਪੀਅਨ ਹੀ ਬਣਨਾ, ਤੁਸੀਂ ਵੇਖਿਓ ਅੱਗੇ ਲੈ ਕੇ ਜਾਵਾਂਗੇ ਸ਼ੋਆਂ 'ਚ ਸਾਰੇ ਕਿਤੇ, ਤਿਆਰ ਕਰੀ ਜਾਂਦੇ ਆ। ਠੀਕ ਹੈ ਬਈ। ਤੇ ਅਦ ਵੀਰੇ ਜਿਵੇਂ ਆਪਣੇ ਪਿੱਛੇ ਆਪਣੇ ਅੰਕਲ ਜੀ ਹੋਰਿਆਂ ਨੂੰ ਪਿੱਛੇ ਦਾਦੇ ਪੜਦਾਦਿਆਂ ਦਾ ਇਹ ਘੋੜਿਆਂ ਵਾਲਾ ਸ਼ੌਂਕ ਸੀਗਾ, ਹਾਂਜੀ ਹੁਣ ਤੁਹਾਨੂੰ ਵੀ ਆ ਗਿਆ, ਤੁਸੀਂ ਵੀ ਪੂਰਾ ਇੰਟਰਸਟ ਲੈ ਲਿਆ? ਹਾਂਜੀ ਵੀ, ਪਹਿਲਾਂ ਤਾਂ ਪਾਪਾ ਨੂੰ ਸੀਗਾ, ਪਾਪਾ ਦੀ ਡੈਥ ਹੋ ਗਈ ਸੀ 2 ਮਹੀਨੇ ਪਹਿਲਾਂ। ਠੀਕ ਹੈ ਬਈ। ਹਾਂਜੀ, ਤੇ ਫਿਰ ਹੁਣ ਸਾਹਮਣੇ ਤਾਂ ਪੈਂਦੀ ਹੈ, ਬਸ ਸਾਹਮਣੇ ਸਾਹਮਣੇ ਵੀ ਜਿਵੇਂ ਜਿਵੇਂ ਹੌਲੀ ਹੌਲੀ ਪਿਆਰ ਪੈ ਗਿਆ, ਬਸ ਹੁਣ ਸ਼ੌਂਕ ਪੈ ਗਿਆ। ਹਾਂਜੀ, ਅੰਕਲ ਜੀ ਦੀ ਡੈਥ ਹੋ ਗਈ ਬਈ, ਉਸ ਤੋਂ ਬਾਅਦ ਸਾਰਾ ਮਤਲਬ ਇਹ ਤਾਂ ਇੱਕ ਤਰ੍ਹਾਂ ਦੀ ਉਹਨਾਂ ਦੀ ਨਿਸ਼ਾਨੀ ਹੋ ਰਹੀ ਹੈ। ਨਿਸ਼ਾਨੀ ਹੈ ਜੀ, ਬਸ। ਹਾਂਜੀ, ਉਹ ਲੈ ਕੇ ਆਏ ਸੀ, ਉਹੀ ਅਕਬਰ ਨੂੰ ਲੈ ਕੇ ਆਏ ਸੀ, ਬਹੁਤ ਸ਼ੌਂਕ ਨਾਲ ਲੈ ਕੇ ਆਏ ਸੀਗੇ ਉਹ। ਠੀਕ ਹੈ ਬਈ, ਸਾਰਾ ਦਿਨ ਉਹਦੇ ਕੋਲ ਹੀ ਬੈਠੇ ਰਹਿੰਦੇ ਸੀ ਉੱਥੇ। ਅਕਬਰ ਨਾਲ ਵੀ ਮਤਲਬ ਖਾਸਾ ਮੂਹ, ਉਹਨਾਂ ਨੇ ਗੋਪੀ ਰੱਖਿਆ ਸੀ ਨਾਮ। ਠੀਕ ਹੈ ਬਾਈ, ਗੋਪੀ ਨਾਮ ਉਹਨਾਂ ਦਾ ਦਿੱਤਾ ਹੋਇਆ, ਚੇਂਜ ਨਹੀਂ ਕਰਿਆ, ਨਹੀਂ ਫਿਰ ਚੇਂਜ ਨਹੀਂ ਕਰਿਆ, ਨਹੀਂ ਬਾਈ ਚੇਂਜ ਕਰਨ ਦਾ ਹੱਕ ਵੀ ਨਹੀਂ ਮਿਲਦਾ ਫਿਰ ਤਾਂ, ਹਨਾ। ਤੇ ਇਹਦਾ ਇੱਕ ਬਾਈ ਨਿਸ਼ਾਨੀ ਉਹ ਰਹਿ ਗਈ। ਤੇ ਵੱਡੇ ਭਾਈ ਜੇ ਗੱਲ ਕਰੀਏ ਆਪਣੇ ਦੂਜੇ ਦੀ, ਸੁਲਤਾਨ ਦੀ, ਤਾਂ ਸੁਲਤਾਨ ਦੀ ਉਮਰ ਕਿੰਨੀ ਹੋ ਗਈ? ਇਹ ਬਈ ਹੋਊਗਾ 16 ਸਾਲਾਂ ਦਾ, ਕਾਫੀ ਵੱਡਾ ਘੋੜਾ। ਹਾਂਜੀ ਹਾਂ, 2008 ਚ ਲੈ ਕੇ ਆਂਦਾ ਸੀ, ਵਿਸ਼ੇਰਾ ਲੈ ਕੇ ਆਂਦਾ ਸੀ, ਪਾਪਾ ਹੀ ਲੈ ਕੇ ਆਏ ਸੀ ਉਦੋਂ। ਠੀਕ ਹੈ, 6 ਮਹੀਨਿਆਂ ਦਾ ਸੀ ਜੋ ਲੈ ਕੇ ਆਂਦਾ ਸੀ। ਠੀਕ ਹੈ ਬਈ, ਉਦੋਂ ਤਾਂ ਆਪਣੇ ਘਰੇ ਹੀ ਹੈ, ਉਦੋਂ ਦਾ ਆਪਣੇ ਕੋਲ। ਹਾਂਜੀ ਹਾਂਜੀ, ਇਹਨੂੰ ਦੇਖਣ ਤੋਂ ਇੰਨੀ ਉਮਰ ਨਹੀਂ ਲੱਗਦੀ ਬਾਈ ਵੀ 16 ਸਾਲ ਉਮਰ ਹੋ ਗਈ।
ਇਹਦੀ 3 ਪਲੱਸ ਆ ਹਾਂਜੀ ਹਾਂਜੀ ਬੇਸ਼ੱਕ ਇਹਦੀ 3 ਪਲੱਸ ਆ ਬਾਈ ਪਰ ਇਹਦੇ ਬੱਚੇ ਬੜੇ ਘੰਟ ਨੇ ਬੱਚੇ ਬਹੁਤ ਵਧੀਆ ਹਾਂਜੀ ਕਿਉਂਕਿ ਇੱਕ ਬੱਚਾ ਤਾਂ ਬਾਈ ਮੈਂ ਵੇਖੇ ਨੇ ਰਿਜ਼ਲਟ ਇੱਕ ਤਾਂ ਆਪਣੇ ਉਹ ਦੋਸਤ ਕੋਲ ਆ ਕਾਲੇ ਕੋਲੇ ਕੱਟੀ ਭਾਈ ਵਾਲੇ ਕੋਲ ਹਾਂਜੀ 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 ਸੈਮ ਕੋਲਾ ਸੈਮ ਬਸ਼ੇਰਾ ਉਹਨਾਂ ਕੋਲੇ ਸੈਮ ਬਸ਼ੇਰਾ ਬਾਈ ਉਹ ਤਾਂ ਬੜੀ ਅੱਗ ਦੀ ਨਾਲ ਆ ਬਹੁਤ ਵਧੀਆ ਅੰਦਰ ਪੈਰ ਹੀ ਨਹੀਂ ਥੱਲੇ ਲਾਉਂਦਾ ਬਾਈ ਸਾਰੇ ਬੱਚੇ ਇਹਦੇ ਬੱਚੇ ਐਂ ਹੀ ਹੁੰਦੇ ਆ ਠੀਕ ਆ ਬਾਈ ਤਕਰੀਬਨ ਸਾਰੇ ਐਂ ਹੀ ਬੱਚੇ ਇਹਦੇ ਇਹਦੀ ਫੇਰੀ ਬਾਈ ਸਾਡੇ ਕੋਲ ਵੀ ਸੀਗੀ ਠੀਕ ਆ ਬਾਈ ਤੁਹਾਡੇ ਕੋਲ ਵੀ ਸੀਗੀ ਇੱਕ ਹਾਂਜੀ 62 ਇੰਚ ਦੀ ਸੀਗੀ ਠੀਕ ਆ ਬਾਈ ਸੀਗੀ ਹੂੰ ਅੱਛਾ ਭਰਾ ਬਹੁਤ ਵਧੀਆ ਬਸ਼ੇਰੀ ਸੀ ਇੱਕ ਆਪਣੇ ਪਿੰਡ 'ਚ ਹੀ ਲੈ ਕੇ ਗਈ ਆ ਬਸ਼ੇਰੀ ਹੋਰ ਅੱਛਾ ਭਰਾ ਉਹ 63 ਇੰਚ ਕਰ ਗਈ ਕੱਦ ਬਸ਼ੇਰੀ ਇਹਦਾ 63 ਇੰਚ ਇਹਦੀ ਬੱਚੀ ਇਹਦੀ ਬੱਚੀ ਉਹ ਹੁਣ ਆਪਾਂ ਅਕਬਰ ਤੋਂ ਭਰਾਈ ਆ ਉਹਨਾਂ ਨੇ ਠੀਕ ਆ ਬਾਈ ਹੁਣ ਅਕਬਰ ਤੋਂ ਭਰਾਈ ਉਹ 6-7 ਮਹੀਨਿਆਂ ਦੀ ਗੱਭਣ ਆ ਉਹ ਵੀ ਤੇ ਉਹ ਵੀ ਉਹਦਾ ਵੀ ਆ ਜਾਊਗਾ ਰਿਜ਼ਲਟ ਮਾਘੀ ਦੇ ਮੇਲੇ ਤੱਕ ਠੀਕ ਆ ਬਾਈ ਉਹਦਾ ਵੀ ਆ ਜਾਣਾ ਤੇ ਇਹਦੀ ਫੀਸ ਬਾਈ ਕਿੰਨੀ ਰੱਖੀ ਆ ਗਿਆ ਸੁਲਤਾਨ ਦੀ ਹਾਂਜੀ ਇਹਦੀ ਵੀ 11,000 ਇਹਦੀ ਸੁਲਤਾਨ ਦੀ 11,000 ਕਿਉਂਕਿ ਬਾਈ ਜੇ ਦੇਖੀ ਨਾ ਇਹਦੇ ਬੱਚੇ ਜਿੰਨੇ ਕੁ ਮੈਂ 2-3 ਕੁ ਬੱਚੇ ਮੇਰੇ ਹਿਸਾਬ ਨਾਲ ਦੇਖੇ ਹੋਣੇ ਬਾਈ ਦੋਨੇ ਤਿੰਨ ਹੀ ਬੱਚੇ ਬੜੇ ਮਤਲਬ ਹੱਡਾਂ ਪੈਰਾਂ ਦੇ ਵੀ ਖੁੱਲੇ ਨੀਮਾ ਬਾਰੇ ਨੀ ਆਪਾਂ ਨੂੰ ਨੀਮਾ ਬਾਰੇ ਹੈ ਨੀ ਐਵੇਂ ਤੁਹਾਨੂੰ ਕਹਿ ਦਈਏ ਤੇ ਅਦੋ ਵੀਰੇ ਤੁਹਾਨੂੰ ਇਹ ਸ਼ੌਂਕ ਮਤਲਬ ਕਿ ਅੰਕਲ ਜੀ ਦੇ ਉਹ ਡੈਥ ਤੋਂ ਬਾਅਦ ਜ਼ਿਆਦਾ ਹਾਂ ਨਹੀਂ ਮੈਂ ਤਾਂ ਪਿੰਡ ਹੀ ਬਹੁਤ ਘੱਟ ਆਉਂਦਾ ਸੀਗਾ ਮੈਂ ਤਾਂ ਵੀ ਤੂੰ 2-4 ਮਹੀਨੇ ਬਾਅਦ 2-4 ਦਿਨ ਲਾ ਕੇ ਜਾਂਦਾ ਸੀਗਾ ਠੀਕ ਹੈ ਬਾਈ ਕਿਉਂਕਿ ਇਹਨਾਂ ਨਾਲ ਬਾਈ ਜੇ ਬੰਦੇ ਨੂੰ ਆਪਣਾ ਉਹੀ ਗੱਲ ਹਜੇ ਵੀ ਮੈਨੂੰ ਡਰ ਲੱਗਦਾ ਹਜੇ ਮੈਨੂੰ ਡਰ ਲੱਗਦਾ ਥੋੜਾ ਜਿਹਾ ਮੈਂ ਹੌਲੀ 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 ਖੁੱਲਦਾ ਦਿਲ ਜਾ ਅੱਗੇ ਤਾਂ ਮੈਂ ਕਦੇ ਇਹਨਾਂ ਨੇੜੇ ਗਿਆ ਹੀ ਨਹੀਂ ਘੋੜਿਆਂ ਘੋੜਿਆਂ ਦੇ ਕਦੇ ਹਾਂਜੀ ਹਾਂਜੀ ਅਦੋ ਵੀਰੇ ਬਾਕੀ ਬਾਈ ਜੇ ਨਾਲ ਦੇ ਭਰਾ ਘੋੜੇ ਘੋੜੀਆਂ ਵਾਲੇ ਹੋਣ ਤਾਂ ਸਾਰੇ ਹੀ ਹਨਾ ਸ਼ੌਂਕ ਸਾਹਮਣਾ ਵੀ ਸੌਖਾ ਹੋ ਜਾਂਦਾ ਬਾਈ ਤੇ ਰੱਖਣਾ ਇਹਦੇ ਕੋਲੇ ਹੈਗੀ ਘੋੜੀ ਵੀ ਭਰਾ ਕੇ ਲੈ ਗਿਆ ਆਪਣੇ ਪਿੰਡ ਦਾ ਹੀ ਹੈ ਠੀਕ ਹੈ ਬਾਈ ਹਾਂਜੀ ਭਰਾ ਆਪਣਾ ਕੁਮਲ ਕੋਲ ਵੀ ਹੈਗੀ ਹਾਂਜੀ ਹਾਂ ਇਹਦੇ ਕੋਲ ਘੋੜੀ ਹੈ ਇੱਕ ਇਹ ਵੀ ਭਰਾ ਕੇ ਲੈ ਗਿਆ ਇਹਦੀ ਘੋੜੀ ਵੀ 4 ਕੁ ਮਹੀਨਿਆਂ ਦੀ ਗੱਭਣ ਹੋ ਗਈ ਹੁਣ ਇਹ ਕਿਹੜੇ ਤੋਂ ਅਕਬਰ ਤੋਂ ਬਾਈ ਅਕਬਰ ਤੋਂ ਅਕਬਰ ਤੋਂ ਅਕਬਰ ਤੋਂ ਤੇ ਤੁਹਾਡੇ ਕੋਲੇ ਵੀ ਰੱਖੀ ਹੋਈ ਨੇ ਹਾਂ ਬਾਈ ਆਪਣੇ ਕੋਲ ਘੋੜੀ ਸੀ ਯਾਰ ਉਹ ਐਕਸਪਾਇਰ ਹੋ ਗਈ ਸੀ ਉਹਦੀ ਬੱਚੀ ਹੈ ਠੀਕ ਹੈ ਬਾਈ ਉਹਦੀ ਬੱਚੀ ਹੈ ਤੁਹਾਡੇ ਕੋਲ ਬੱਚੀ ਮੇਰੇ ਕੋਲ ਠੀਕ ਹੈ ਭਰਾ ਤੇ ਅਕਬਰ ਤੇ ਵੀਰੇ ਰਾਈਡ ਵਗੈਰਾ ਤਾਂ ਨਹੀਂ ਕਰਨ ਲੱਗੇ ਹਲੇ ਨਹੀਂ ਹਜੇ ਨਹੀਂ ਬਾਈ ਜਿਹੜੀ ਇਹਨੇ ਅੱਜ ਬਾਈ ਹਲਚਲ ਮਚਾਈ ਉੱਥੇ ਹਾਂਜੀ ਉਧਰ ਜੋ ਰੋਡ ਤੇ ਲੈ ਕੇ ਗਏ ਉੱਥੇ ਵੀ ਇੱਕ ਵਿਊ ਵੀ ਲੋਕੇਸ਼ਨ ਵੀ ਬਹੁਤ ਮਤਲਬ ਮੈਟਰ ਕਰਦੀ ਹੁੰਦੀ ਹੈ ਲੋਕੇਸ਼ਨ ਵੀ ਬਹੁਤ ਸੋਹਣੀ ਸੀ ਉੱਥੋਂ ਮੌਸਮ ਵੀ ਬਹੁਤ ਸੋਹਣਾ ਹੋ ਗਿਆ ਹਾਂਜੀ ਤੇ ਘੋੜਾ ਤਾਂ ਬਈ ਆਪਣਾ ਸੋਹਣਾ ਹੈ ਇਹਨੇ ਤਾਂ ਫਿਰ ਦੁੱਗਣਾ ਤਿੱਗਣਾ ਨਿਖਰ ਕੇ ਦੇਖਣਾ ਉਹ ਤੁਸੀਂ ਆਪ ਹੀ ਦੱਸਤਾ ਵੇਲ ਤੇ ਇਹਦੀ ਗਰਦਨ ਗੁਰਦਨ ਬਹੁਤ ਚੰਗੀ ਹੈ ਕਿਉਂਕਿ ਬਈ ਆਮ ਘੋੜਿਆਂ ਦੀ ਹੁੰਦੀ ਨਹੀਂ ਇੰਨੀ ਵੈਸੇ ਤਦੋਂ ਬਈ ਜਦੋਂ ਮੈਂ ਆਇਆ ਨਾ ਚਲੋ ਇਹਦਾ ਕੈਮਰੇ ਦੇ ਸਾਹਮਣੇ ਤਾਂ ਬਾਈ ਅਗਲਾ ਹਰੇਕ ਸਲਾਉਂਦਾ ਚੀਜ਼ ਨੂੰ ਹਨਾ ਕਿਉਂਕਿ ਜਦੋਂ ਮੈਂ ਆਇਆ ਬਾਈ ਮੈਂ ਵੇਖੀ ਇੰਨੀ ਵੇਲ ਜਾਂਦਾ ਬਾਈ ਸਮੁੰਦਰ ਦੀ ਦੇਖੀ ਆ ਜਾਂ ਉਦੋਂ ਬਾਅਦ ਮੈਂ ਤੁਹਾਡੇ ਬੱਚੇ ਦੀ ਇਹਦੀ ਆਪਣੇ ਅਕਬਰ ਦੀ ਦੇਖੀ ਆ ਗਰਦਨ ਬਾਈ ਹਨਾ ਸਾਰੀ ਨਹੀਂ ਤੁਹਾਨੂੰ ਜਿਆਦਾ ਪਤਾ ਸਾਡੇ ਨਾਲੋਂ ਵੀ ਡੇਲੀ ਤੁਸੀਂ ਨੇ ਡੇਲੀ ਤੁਸੀਂ ਹਾਂਜੀ ਬਾਕੀ ਬਾਈ ਅਦਬ ਖਾਨਦਾਨ ਬਹੁਤ ਮੈਟਰ ਕਰਦਾ ਹੁੰਦਾ ਤੇ ਖਾਨਦਾਨ ਇਹਦਾ ਬਹੁਤ ਚੰਗਾ ਆ ਗਿਆ ਉਹੀ ਆ ਗਿਆ ਤੇ ਜਿਵੇਂ ਬਾਈ ਹਾਂਜੀ ਮਦਰ ਵਾਲੀ ਸਾਈਡ ਤੋਂ ਵੀ ਬਹੁਤ ਚੰਗਾ ਸਾਰੇ ਬਸ ਬਹੁਤ ਚੰਗਾ ਆ ਗਿਆ ਜਿਵੇਂ ਬਾਈ ਸਮੁੰਦਰ ਨੇ ਧੱਕ ਪਾਈ ਉਹ ਵੀ ਇਹਨੇ ਪਾਉਣੀਆਂ ਗਾਹ ਜਾਣਾ ਹਲੇ ਤਾਂ ਬਾਈ ਫਿਰ ਇਹ ਚੀਜ਼ ਬੰਨਣਾ ਇਹਨੇ ਦਿਨੋਂ ਦਿਨ ਹਾਂਜੀ ਹਾਂਜੀ ਬਾਕੀ ਜਿਵੇਂ ਜਿਵੇਂ ਗਾਹ ਬਾਈ ਟਾਈਮ ਆਈ ਜਾਊਗਾ ਹਨਾ ਤੁਹਾਡੀ ਸੇਵਾ ਜਿਵੇਂ ਵੇਖਦੇ ਆਪਾਂ ਬਹੁਤ ਵਧੀਆ ਸੇਵਾ ਖੁੱਲਾ ਡੁੱਲਾ ਇਹਨਾਂ ਨੂੰ ਮਾਹੌਲ ਫਾਰਮ ਦਾ ਮਿਲਿਆ ਹੋਇਆ ਠੀਕ ਆ ਫਾਰਮ ਵੀ ਖੁੱਲਾ ਡੁੱਲਾ ਬਾਕੀ ਨੇਚਰ ਨੇਚਰ ਨਾਲ ਵੀ ਜੁੜੇ ਹੋਏ ਦਰਖਤ ਪੇੜ ਪੌਦੇ ਬਹੁਤ ਇਹਨਾਂ ਨੂੰ ਮਾਹੌਲ ਬਈ ਵਧੀਆ ਚਾਹੀਦਾ ਹੁੰਦਾ ਸਭ ਤੋਂ ਜਾਨਵਰ ਨੂੰ ਪਿਆਰ ਕਰਨ ਵਾਲਾ ਵਧੀਆ ਲੋਕੇਸ਼ਨ ਚੰਗੀ ਹੋਵੇ ਮਾਹੌਲ ਚੰਗਾ ਹੋਵੇ ਉਹ ਚੀਜ਼ ਤੁਹਾਡੇ ਕੋਲੇ ਬਈ ਪਰਫੈਕਟ ਆ ਜਮਾ ਹਨਾ ਫਾਰਮ ਫੁਰਮ ਵੀ ਬਈ ਬਹੁਤ ਵਧੀਆ ਖੁੱਲਾ ਡੁੱਲਾ ਲਾਉਣ ਵਾਲੀ ਚੀਜ਼ ਅਸੀਂ ਹੋਰ ਬਣਾਵਾਂਗੇ ਅਗਲੇ ਗੇੜੇ ਹੋਰ ਵਧੀਆ ਬਣਾਵਾਂਗੇ ਕਰਾਂਗੇ ਮਾੜਾ ਮੋਟਾ ਐਡ ਕੁਛ ਹੋਰ ਠੀਕ ਹੈ ਬਈ ਬਾਕੀ ਆ ਤਾਂ ਬਈ ਪੌਦੇ ਪੂਦੇ ਬਹੁਤ ਲੱਗੇ ਹੋਏ ਨੇ ਇਹ ਚੀਜ਼ਾਂ ਨਾਲ ਨਾ ਬਈ ਖੁਸ਼ੀ ਹੁੰਦੀ ਆ ਹਾਂਜੀ ਬਾਕੀ ਤੁਹਾਡੇ ਕੰਨੀ ਇੱਧਰ ਬਈ ਨੁਕਸਾਨ ਵੀ ਜ਼ਿਆਦਾ ਪੈ ਗਿਆ ਹਨਾ ਮੀਂਹ ਹੁੰਦਾ ਹਾਂਜੀ ਐਤਕੀ ਵੀ ਜ਼ਿਆਦਾ ਹੋ ਗਿਆ ਥੋੜਾ ਜਿਹਾ ਕਣਕਾਂ ਕੁਣਕਾਂ ਦਾ ਲੋਸ ਹੋ ਗਿਆ ਤੇ ਅਦੋ ਵੀਰੇ ਘੋੜਿਆਂ ਦੀ ਤਾਂ ਆਪਾਂ ਦੋਨਾਂ ਦੀ ਗੱਲ ਕਰਤੀ ਹੋਰ ਆਪਣੇ ਫਾਰਮ ਦੇ ਕਿੰਨੇ ਜਾਨਵਰ ਨੇ ਘੋੜਿਆਂ ਦੇ ਅਲਾਵਾ ਟੋਟਲ ਵੀ 10 ਹੈ ਟੋਟਲ 10 ਹੈ ਬੱਚੇ ਤੇ ਵੱਡੇ ਮਿਲਾ ਕੇ ਸਾਰੇ ਠੀਕ ਹੈ ਬਾਈ ਹਾਂਜੀ ਕੋਈ ਸੇਲ ਪਰਚੇਸ ਦਾ ਵੀ ਕਰ ਲੈਣਾ ਸੇਲ ਪਰਚੇਸ ਦੇ ਹਾਂਜੀ ਹੈਗੇ ਵੇਚਨੇ ਹੈਗੇ ਸੇਲ ਵਾਸਤੇ ਵੇਚਨੇ ਆ ਵੈਸੇ ਉਹ ਵਪਾਰ ਨਹੀਂ ਕਰਦੇ ਨਹੀਂ ਵਪਾਰ ਵਾਲਾ ਕੋਈ ਕੰਮ ਨਹੀਂ ਨਾ ਮੇਰੇ ਫਾਦਰ ਦਾ ਸੀਗਾ ਉਹਨਾਂ ਦੇ ਸ਼ੌਂਕ ਨਾਲ ਰੱਖੇ ਸੀਗੇ ਸ਼ੌਂਕ ਨਾਲ ਹੀ ਰੱਖਿਆ ਬਸ ਜੇ ਕੋਈ ਮੰਨ ਲਓ ਚੰਗਾ ਪਸੰਦ ਆ ਜਾਂਦਾ ਉਹਨਾਂ ਦਾ ਲੈ ਲੈਣਾ ਠੀਕ ਹੈ ਬਾਈ ਤੇ ਉਵੇਂ ਕੋਈ ਵੇਚਣ ਵੁਚਣਾ ਲੈਣੇ ਸੀ ਖੜੇ ਆ ਤਾਂ ਖੜੇ ਆ ਜੇ ਕੋਈ ਵੇਚਣਾ ਤਾਂ ਮਨ ਬਣ ਗਿਆ ਤਾਂ ਵੇਚ ਲਿਆ ਉਵੇਂ ਕੋਈ ਤੇ ਹੁਣ ਵੀ ਬਾਈ ਜਿਵੇਂ ਆਪਣੇ ਕੋਲੇ ਕਿੰਨੇ 3-4 ਜਾਨਵਰ ਹੈਗੇ ਨੇ ਸੇਲ ਵਾਲੇ
ਹਾਂਜੀ ਤਿੰਨ ਚਾਰ ਹੈਗੇ ਆ। ਠੀਕ ਆ ਬਾਈ, ਤੇ ਦੋਸਤੋ ਜਿਹੜੇ ਬਾਈ ਆਦਮ ਕੋਲ ਸੇਲ ਵਾਲੇ ਜਾਨਵਰ ਆ ਉਹਨਾਂ ਦੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਜਾ ਕੇ ਆਈ ਲਿੰਕ ਚ ਜਾ ਕੇ ਦੇਖ ਸਕਦੇ ਹੋ, ਉਹਨਾਂ ਦੀ ਵੀਡੀਓ ਆਦਮ ਬਾਈ ਆਪਾਂ ਅਲੱਗ ਤੋਂ ਕਰ ਦਿੰਦੇ ਆ। ਠੀਕ, ਹਾਂ ਉਹਨਾਂ ਦੀ ਅਲੱਗ ਕਰ ਦਿੰਦੇ ਆ ਕਿਉਂਕਿ ਸੇਲ ਵਾਲੇ ਫਿਰ ਡਿਸਾਈਡ ਕਰਨੇ ਸੌਖੇ ਹੋ ਜਾਂਦੇ ਆ, ਇੰਟਰਵਿਊ ਜੀ ਤਾਂ ਫਿਰ ਕਚਲ ਜੀ ਵੱਜ ਜਾਂਦੀ ਆ। ਹਾਂਜੀ ਹਾਂਜੀ ਹਾਂਜੀ, ਤੇ ਆਦਮ ਬਾਈ ਕੋਈ ਹੋਰ ਗੱਲਬਾਤ ਜਿਹੜੀ ਕੋਈ ਤੁਸੀਂ ਆਪਣੇ ਮੰਨੂ ਕਹਿਣਾ ਚਾਹੁੰਦੇ ਹੋ ਆਪਣੇ ਦੇਖਣ ਵਾਲੇ ਭਰਾਵਾਂ ਨੂੰ? ਕੁਛ ਨਹੀਂ ਬਈ, ਬਸ ਜਿਹਨੇ ਕਿਹੜੇ ਭਰਾ ਨੇ ਆਉਣਾ ਦੂਰੋਂ ਰਹਿਣ ਰੂਣ ਵਾਸਤੇ ਸਾਰਾ ਇੱਥੇ ਬਣਿਆ ਹੋਇਆ। ਠੀਕ ਹੈ ਬਾਈ, ਜੇ ਕੋਈ ਮੰਨ ਲਓ ਦੂਰੋਂ ਆਉਂਦਾ ਤਾਂ ਉਵੇਂ ਘੋੜੀ ਰੱਖਣਾ, ਸਟੇਬਲ ਦਾ ਵੀ ਪ੍ਰਬੰਧ ਆਪਣੇ ਕੋਲ ਪ੍ਰੋਪਰ? ਹਾਂਜੀ ਹਾਂ, ਠੀਕ ਹੈ ਬਾਈ, ਸਟੇਬਲ ਦਾ ਉਵੇਂ ਹੈ ਨਹੀਂ ਗਾ ਕੋਈ, ਜਿਵੇਂ ਮੰਨ ਲਓ ਵੀ ਹੀਟ ਨਹੀਂ ਘਟਦੀ ਘੋੜੀ ਤਾਂ ਵੀ 10 ਦਿਨ ਖੜੀ ਹੈ 15 ਦਿਨ ਖੜੀ ਹੈ ਵੀ ਸੇਵਾ ਬਰਾਬਰ ਹੀ ਹੋਊਗੀ। ਠੀਕ ਹੈ ਬਾਈ, ਉਵੇਂ ਹੈ ਨਹੀਂ ਗਾ ਵੀ ਕਈ ਫਾਰਮਾਂ ਵਾਲੇ ਮੰਨ ਲਓ ਪੈਸੇ ਲੈਂਦੇ ਵੀ ਡੇਲੀ ਦਾ ਵੀ, ਉਵੇਂ ਆਪਣਾ ਕੋਈ ਨਹੀਂ ਹੈਗਾ ਸਿਸਟਮ, ਮਤਲਬ ਸਟੇਬਲ ਦਾ ਖਰਚਾ 15 ਦਿਨਾਂ ਦਾ 20 ਦਿਨਾਂ ਦਾ ਕੁਛ ਨਹੀਂ, ਕੋਈ ਖਰਚਾ ਨਹੀਂ। ਹਾਂਜੀ, ਤੇ ਜੇ ਕੋਈ ਭਰਾ ਉਹ ਕਹੇ ਵੀ ਮੈਂ ਚੈੱਕ ਪਾਸ ਕਰਾ ਕੇ ਲੈਣੀ ਆ, ਉਹ ਕਰਾ ਲੇ। ਠੀਕ ਹੈ ਬਾਈ, ਉਹ ਉਹਨਾਂ ਟਾਈਮ ਇੱਥੇ ਆਪਣੇ ਕੋਲ ਪ੍ਰਬੰਧ ਹੈ? ਹਾਂਜੀ ਹਾਂ। ਠੀਕ ਹੈ ਬਾਈ, ਉਹ ਜੇ ਕੋਈ ਲੰਮਾ ਟਾਈਮ ਰੱਖਦਾ 2 ਮਹੀਨੇ ਉਹਦੇ ਤੇ ਕੋਈ ਮਾੜਾ ਮੋਟਾ ਖਰਚਾ ਪਰਚਾ? ਉਹ ਹਾਂ, ਉਹ ਤਾਂ ਮਾੜਾ ਮੋਟਾ ਹੁੰਦਾ, ਕੋਈ 15-20 ਦਿਨ 20 ਮਹੀਨਾ ਕੋਈ ਹੁੰਦੀ ਹੈ ਤਾਂ ਕੋਈ ਉਹਦਾ ਕੋਈ ਇਸ਼ੂ ਨਹੀਂ। ਬਾਕੀ ਬਾਈ ਜੇ ਦੇਖੀ ਆਪਣੇ ਬੰਦੇ ਵੀ ਬਹੁਤ ਹਿੰਮਤੀ ਨੇ। ਹਾਂਜੀ ਹਾਂ, ਕਿਉਂਕਿ ਅੱਜ ਵੀ ਵਿਚਾਰਿਆਂ ਨੇ ਬਹੁਤ ਇਹਨਾਂ ਨੇ ਹੈਲਪ ਕੀਤੀ। ਕੀ ਨਾਮ ਕੀ ਹੈ ਬਾਈਆਂ ਦੇ ਯਾਰ? ਬਾਈਆਂ ਦਾ ਬਾਈ ਦਾ ਨਾਮ ਤਾਰਾ ਹੈ। ਠੀਕ ਹੈ ਬਾਈ, ਆਪਣੇ ਪਿੰਡ ਤੋਂ ਹੀ ਇਹਨਾਂ ਨੂੰ 15-20 ਸਾਲ ਹੋ ਗਏ ਆਪਣੇ ਘਰ ਹੀ ਹੈ। ਠੀਕ ਹੈ ਬਾਈ, ਮੈਂ ਮਤਲਬ ਛੋਟਾ ਜਿਹਾ ਹੋਊਂਗਾ ਉਦੋਂ ਦੇ ਕਰੀ ਜਾਂਦੇ ਆ। ਇੱਕ ਬਾਈ ਪੂਰਨ ਹੈ। ਠੀਕ ਹੈ ਬਾਈ, ਉਹ ਵੀ ਸਵਾਰ ਵੀ ਹੈ ਆਪਣਾ, ਘਰੇ ਰੱਖਿਆ ਹੋਇਆ ਸਵਾਰ ਵੀ, ਉਹਨੇ ਪਹਿਲਾਂ ਵੀ ਕੀਤੀ ਹੈ ਨਾ ਕਾਫੀ ਵਾਰੀ? ਹਾਂਜੀ ਹਾਂ ਹਾਂ, ਹਬੋਰ ਵਾਲਾ ਕੋੜਾ ਬਾਈ, ਹਬੋਰ ਵਾਲਾ ਕੋੜਾ ਨਹੀਂ ਸੀ ਵੱਡਾ ਜੀ। ਠੀਕ ਹੈ ਬਾਈ, ਉਹ ਆਪਣੇ ਪੂਰਨ ਦੇ ਹੱਥੋਂ ਤੁਰਿਆ ਹੋਇਆ, ਉਹ ਪੂਰਨ ਦੇ ਹੱਥੋਂ ਤੁਰਿਆ? ਹਾਂਜੀ ਹਾਂ। ਠੀਕ ਹੈ ਬਾਈ, ਤੇ ਇਹਨੂੰ ਵੀ ਬਾਈ ਨੂੰ ਉਹਨਾਂ ਕੋਲ ਆਪਣੇ ਇੱਥੇ ਫਾਰਮ ਤੇ ਹੈ ਹੁਣ? ਆਪਣੇ ਫਾਰਮ ਤੇ ਕਿੰਨਾ ਟਾਈਮ ਹੋ ਗਿਆ? ਹੋ ਗਏ ਜੀ ਤਕਰੀਬਨ, ਮੈਨੂੰ ਲੱਗਦਾ 10 ਸਾਲ ਹੋ ਗਏ। 10 ਸਾਲ ਹੋ ਗਏ ਸੀ ਬਣਵਾਉਂਦੇ ਨੂੰ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਦੋ ਵੀਰੇ, ਤੇ ਬਾਕੀ ਵੱਡੇ ਭਾਈ ਤੁਸੀਂ ਕਰ ਲੈਣਾ ਸਵਾਰੀ ਸੂਰੀ ਕਿ ਨਹੀਂ? ਮਾੜੀ ਮੋਟੀ ਕਰ ਲੈਂਦੇ, ਮਾੜੀ ਮੋਟੀ ਕਰ ਲੈਂਦੇ। ਹਾਂਜੀ ਹਾਂ, ਬਾਕੀ ਹਲੇ ਹੌਲੀ ਹੌਲੀ ਦਿਲ ਖੁੱਲੂਗਾ ਹੈ ਨਾ? ਹਾਂਜੀ ਹੌਲੀ ਹੌਲੀ। ਤੇ ਆ ਤੂੰ ਬਾਈ ਜਿਵੇਂ ਹੁਣ ਤੁਸੀਂ ਮੇਰੇ ਖਿਆਲ ਇੱਥੇ ਪਿੰਡ ਘੱਟ ਵੱਧੇ ਗੇੜਾ ਮਾਰਦੇ? ਹਾਂਜੀ ਹਾਂਜੀ। ਆਪਣਾ ਕੀ ਕੰਮ ਰਹਿ ਗਿਆ ਵੀਰੇ? ਆਪਣਾ ਵੀਰੇ ਇੱਕ ਤਾਂ ਮੈਂ ਪਟਿਆਲੇ ਆਪਣਾ ਕੰਮ ਤੁਹਾਨੂੰ ਦੱਸਿਆ ਸੀਗਾ। ਹਾਂਜੀ ਬਾਈ, ਡਿਟੇਲਿੰਗ ਡੈਵਲਸ ਦੀ ਫਰੈਂਚਾਈਜ਼ੀ ਲਈ ਵੀ ਆਪਾਂ, ਡਿਟੇਲਿੰਗ ਡੈਵਲਸ ਮਤਲਬ ਆ ਕਾਰਾਂ ਦੀ ਜਿਹੜੀ ਕੋਟਿੰਗ ਵਗੈਰਾ ਕਰਦੇ ਵੀ ਪੀਆ ਫਰੈਂਚਾਈਜ਼ੀ ਲਈ ਤੇ ਇੰਡੀਆ ਦਾ ਨੰਬਰ 1 ਬ੍ਰਾਂਡ ਆਪਣਾ। ਠੀਕ ਹੈ ਬਾਈ, ਗੂਗਲ ਤੇ ਜਾ ਕੇ ਵੇਖੋਗੇ ਤੁਸੀਂ ਉਹਦਾ ਵੀ ਤੁਹਾਨੂੰ ਪਤਾ ਲੱਗੂਗਾ। ਹਾਂਜੀ ਹਾਂਜੀ ਬਾਈ, ਆਪਣਾ ਨੰਬਰ 1 ਬ੍ਰਾਂਡ ਹੈ ਇੰਡੀਆ ਦਾ ਇਹ। ਠੀਕ ਹੈ ਠੀਕ ਹੈ, ਹਾਂਜੀ ਉਹਦਾ ਕੰਮ ਆਪਣਾ ਪਟਿਆਲੇ ਤੇ ਮੈਂ ਪੜ੍ਹਦਾ ਵੀ ਹਾਂ ਚੰਡੀਗੜ੍ਹ ਡੀਏਵੀ ਕਾਲਜ, ਹੁਣ ਲਾਅ ਕਰਨੀ ਸਟਾਰਟ ਕਰੂੰਗਾ। ਠੀਕ ਹੈ ਬਾਈ, ਹਾਂ ਬੀਏ ਹੋ ਗਈ, ਪੰਜਾਬ ਯੂਨੀਵਰਸਿਟੀ ਲਾਅ ਕਰਨੀ ਸਟਾਰਟ ਕਰੂੰਗਾ, ਇਹ ਤੋਂ ਬਾਅਦ ਲਾਅ ਕਰਨੀ ਸਟਾਰਟ ਕਰਨੀ। ਹਾਂਜੀ, ਤੇ ਪਰ ਇਹ ਘੋੜਿਆਂ ਵਾਲਾ ਕੀੜਾ ਬਾਈ ਜਿਹੜਾ ਇਹ ਬਹਿ ਗਿਆ ਅੰਦਰੇ ਤਾਂ ਹੁਣ ਔਖਾ ਛੁੱਟੂਗਾ, ਇਹ ਤਾਂ ਨਹੀਂ ਛੁੱਟਦਾ ਨਾ? ਇਹ ਤਾਂ ਚਲ ਬੰਦਾ ਬਾਈ ਕਿੰਨੀਆਂ ਬੁਲੰਦੀਆਂ ਖੱਟ ਲਏ, ਕੋਸ਼ਿਸ਼ ਕਰ ਲਏ, ਜ਼ਿੰਦਗੀ 'ਚ ਕੋਈ ਕੰਮ ਕਰੀ ਚੱਲੇ, ਪਰ ਜਿਹੜਾ ਇਹ ਸ਼ੌਂਕ ਅੰਦਰ ਵੜ ਗਿਆ ਬਾਈ ਇਹ ਨਹੀਂ ਨਿਕਲਦਾ। ਇਹ ਨਾ ਮੈਨੂੰ ਤਾਂ ਘਰ ਵੀ ਸੁਣਨਾ ਲੱਗੂਗਾ, ਸੁਣਨਾ ਲੱਗੂਗਾ ਬਾਹਰ ਨਿਕਲ ਬਾਈ ਐਨ ਸ਼ੁਰੂ ਤੋਂ ਰੱਖੇ ਹੋਏ ਆ, ਸ਼ੁਰੂ ਤੋਂ ਰੱਖੇ ਹੋਏ ਅੰਕਲ ਜੀ। ਠੀਕ ਹੈ ਬਾਈ, ਨਿਸ਼ਾਨੀ ਬਾਈ ਇਹ ਤਾਂ ਬਾਕੀ ਬਾਈ ਮੈਂ ਇਹ ਚੀਜ਼ ਮੇਰੇ ਵੀ ਅਦੋਂ ਮੇਰੇ ਦਿਲ ਚ ਵੱਜੀ ਵੀ ਮੈਂ ਹੁਣ ਤਾਂ ਨਿਸ਼ਾਨੀ ਹੋ ਰਹਿ ਗਈ, ਇਹਨਾਂ ਵਿੱਚ ਸਾਰਾ ਕੁਝ ਦਿਖਦਾ ਜੋ ਵੀ ਹੈ ਨਾ, ਤੇ ਉਹਨਾਂ ਦਾ ਦਿੱਤਾ ਜੀ ਸਾਰਾ ਕੁਝ ਉਹੀ ਦੇ ਕੇ ਗਏ ਆਪਾਂ ਨੂੰ, ਉਹੀ ਦੇ ਕੇ ਗਏ। ਹਾਂਜੀ, ਜੇ ਉਹਨਾਂ ਨਿਸ਼ਾਨੀ ਨਾ ਸਾਂਭਾਂਗੇ ਤਾਂ ਫਿਰ ਹੋਰ ਗਲਤ ਆ। ਸਹੀ ਗੱਲ ਆ ਬਾਈ, ਬਹੁਤ ਲੋਕ ਪਿੰਡ ਚ ਕਹਿੰਦੇ ਵੀ ਸੀਗੇ ਜਦੋਂ ਵੀ ਡੈਥ ਹੋਈ ਹੈ ਵੀ ਹੁਣ ਮੁੰਡਾ ਕੀ ਸਾਂਭੂਗਾ ਕੀ ਕਰੂਗਾ ਵੀ ਆਹ ਬੈਠੇ ਆ ਸਾਂਭੀ ਜਾਂਦੇ ਆ ਜੋ ਹੁਣ ਜਿਹਨੇ ਆਉਣਾ। ਤੁਹਾਡੀ ਵੀਡੀਓ ਦੇ ਰਾਹੀਂ ਮੈਸੇਜ ਭੇਜਤਾ ਸਾਰਿਆਂ ਨੂੰ ਜਿਹੜਾ ਵੇਖੂਗਾ ਇੱਕ ਅੱਧਾ ਪਿੰਡ ਵਾਲਾ ਕਹਿੰਦੇ ਤੁਸੀਂ ਹੁਣ ਨਹੀਂ ਸਾਂਭਦੇ ਘੋੜੀਆਂ ਆਹ ਖੜੇ ਆ ਸਾਰੇ ਇੱਥੇ ਆਹ ਸਾਂਭੇ, ਬਹੁਤ ਤਿਆਰੀ ਵੀ ਬਹੁਤ ਸੋਹਣੀ, ਸੇਵਾ ਵੀ ਬਹੁਤ ਆ ਬਾਈ ਬਾਕੀ, ਤੇ ਕੋਈ ਗੱਲ ਨਹੀਂ ਬਾਈ ਉਹ ਫਿਰ ਜੇ ਜਿਹੜੇ ਕੁਸ਼ਕ ਲੋਕ ਹੁੰਦੇ ਆ ਨਾ ਬਾਈ ਉਹਨਾਂ ਨੂੰ ਕੰਮ ਨਾਲੇ ਜਵਾਬ ਦੇਵੇ, ਮੂੰਹ ਨਾਲ ਜਵਾਬ ਦਿੱਤੇ ਦਾ ਕੋਈ ਫਾਇਦਾ ਨਹੀਂ। ਬਸ ਉਹੀ ਆ ਤਾਂ ਹੀ ਮੈਂ ਕਿਹਾ ਵੀ ਆਹ ਖੜੇ ਆ ਜੋ ਵੇਖ ਲਓ ਫਿਰ ਨਾਮ ਅਕਬਰ ਰੱਖਿਆ ਫਿਰ ਬਣਾਉਣਾ ਇਹਨੂੰ। ਠੀਕ ਹੈ ਠੀਕ ਹੈ ਬਾਈ, ਜ਼ਰੂਰ ਰੱਬ ਬਾਈ ਰੱਬ ਦੇ ਮਿਹਨਤ ਨੂੰ ਮੁਰਾਦਾਂ ਜ਼ਰੂਰ ਲਾਊਗਾ। ਬਾਕੀ ਬਾਈ ਅਦੋ ਤੇਰਾ ਹੌਸਲਾ ਵੀ ਦੇਖ ਕੇ ਬਹੁਤ ਖੁਸ਼ੀ ਹੋਈ ਯਾਰ, ਤੇ ਅਦਾਬ ਵੀਰੇ ਆਪਣੇ ਮੜਾ ਜਾ ਬੇਲੀਆਂ ਤੋਂ ਵੀ ਥੋੜੀਆਂ ਜੀਆਂ ਚਾਰ ਗੱਲਾਂ ਸੁਣ ਲਈਏ। ਲੋ ਬਾਈ ਤੁਸੀਂ ਦੱਸੋ ਕੁਛ ਕੀ ਕਹਿਣਾ ਚਾਹੁੰਦੇ ਹੋ ਆਪਣੇ ਦੇਖਣ ਲਈ ਭਰਾਵਾਂ? ਇਹ ਤਾਂ ਹੈ ਨਹੀਂ ਬਾਈ ਵੀ ਫੀਸ ਨੇ ਚਲਾਉਣਾ ਫਾਰਮ ਨੂੰ। ਸਹੀ ਗੱਲ ਆ ਭਰਾ, ਸਰ ਰੱਬ ਦਾ ਦਿੱਤਾ ਸਾਰਾ ਕੁਝ ਹੈ ਵੀ ਅਗਲੇ ਬੰਦੇ ਦਾ ਨੁਕਸਾਨ ਨਾ ਹੋਵੇ। ਇਹ ਤਾਂ ਬਸ ਬਾਈ ਸ਼ੌਂਕ ਨਾਲ ਰੱਖੇ ਹੋਏ ਆ। ਹਾਂਜੀ, ਫੀਸ ਨਾਲ ਮਤਲਬ ਨਹੀਂ ਅਗਲਾ ਬੰਦਾ ਖੁਸ਼ ਹੋ ਕੇ ਜਾਵੇ। ਵੀ ਹੈਗਾ ਬਾਈ ਇੱਥੇ ਸਟੇਬਲ ਦਾ ਸਾਰਾ, ਜੇ ਕਿਸੇ 2-4 ਦਿਨ ਰਹਿਣਾ ਹੈ ਵੀ ਘੋੜੀ ਲੈ ਕੇ ਆਇਆ। ਠੀਕ ਆ ਬਾਈ, ਬੰਦਿਆਂ ਦਾ ਰਹਿਣ ਦਾ ਪ੍ਰਬੰਧ ਵੀ ਹੈਗਾ, ਸਟੇਬਲ ਦਾ ਤਾਂ ਆਪਣੇ ਕੋਲ ਸਾਰਾ ਕੁਝ ਹੀ ਹੈ ਜੀ। ਬਾਕੀ ਉਹ ਬਾਈ ਆਪਦੀ ਤਸੱਲੀ ਤੁਸੀਂ ਦੋਸਤੋ ਕਰਾ ਕੇ ਡਾਕਟਰ ਤੋਂ ਚੈੱਕ ਕਰਾ ਕੇ ਕਿਵੇਂ ਵੀ ਉਹ ਕੰਨੂਆਂ ਬਾਈਆਂ ਨੇ ਪੂਰੀ ਖੁੱਲ੍ਹ ਦੇ। ਡਾਕਟਰ ਵੀ ਨਹੀਂ ਆਪਣਾ ਵੀ ਹੈਗਾ ਜਿਹੜਾ ਆਪਣੇ ਨਾਲ
ਕੋਈ ਵੀ ਤੁਸੀਂ ਘੋੜੇ ਤੋਂ ਦੋਨਾਂ ਦੇ ਖਾਨਦਾਨ ਬਹੁਤ ਚੰਗੇ ਆ, ਜਿਹੜੇ ਵੀ ਘੋੜੇ ਤੋਂ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਬਾਈ ਅਦਾਬ ਦਾ ਨੰਬਰ ਮੈਂ ਤੁਹਾਨੂੰ ਡਿਸਪਲੇ 'ਤੇ ਦੇਤਾ, ਕੋਈ ਭਰਾ ਜੇਕਰ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਅਦਾਬ ਨੂੰ ਵੇਚੇ 'ਚ ਫੋਨ ਕਰਕੇ ਘੋੜਿਆਂ ਦੀ ਸਰਵਿਸ ਲੈ ਸਕਦਾ, ਸੇਲ ਵਾਲੇ ਜਾਨਵਰ ਵੀ ਹੈਗੇ ਆ ਉਹਨਾਂ ਵਾਸਤੇ ਵੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ। ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਕਿਹੋ ਜਿਹੀ ਲੱਗੀ, ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਦਾਬ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।